ਮੈਨੂੰ ਪਤਾ ਹੈ ਬਹੁਤ ਸਾਰੇ ਮਹਿਮਾਨ ਸਾਡੇ ਦਰਸ਼ਕ ਸੋਚ ਰਹੇ ਹੋਣੇ, ਦਿਲ ਤੇ ਤੁਹਾਡਾ ਵੀ ਕਰ ਰਿਹਾ ਹੋਣਾ ਕਿ ਥੋੜੀ ਚਿਰ ਲਈ ਅਸੀਂ ਵੀ ਸਟੇਜ ਤੇ ਜਾਈਏ, ਥੋੜੇ ਹੱਥ ਪੈਰ ਅਸੀਂ ਵੀ ਚਲਾ ਲਈਏ। ਤੇ ਹੁਣ ਜਿਹੜੀ ਪਰਫਾਰਮੈਂਸ ਅਨਾਉਂਸ ਕਰਨ ਜਾ ਰਿਹਾ ਜੀ, ਪੰਜਾਬ ਦਾ ਬੜਾ ਫੇਮਸ 뮤직 ਇਨਸਟਰੂਮੈਂਟ ਹੈ, ਬੜਾ ਪ੍ਰਸਿੱਧ ਲੋਕ ਸਾਜ਼ ਹੈ ਢੋਲ, ਜਿਹਦੀ ਪਰਫਾਰਮੈਂਸ ਸਟੇਜ ਤੇ ਅਸੀਂ ਕਰਨ ਲੱਗੇ ਆ। ਜਿਹੜੇ ਮਹਿਮਾਨ ਸਾਡੇ ਡਾਂਸ ਕਰਨਾ ਚਾਹੁੰਦੇ ਨੇ ਜੀ, ਬਿਨਾਂ ਸ਼ਰਮਾਏ ਹੋਏ ਸਟੇਜ ਤੇ ਆ ਸਕਦੇ ਨੇ, ਕਿਉਂਕਿ ਸ਼ਰਮਾਟ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਤੁਸੀਂ ਕਿਲਾ ਗੋਬਿੰਦਗੜ੍ਹ ਪਰਿਵਾਰ ਹੋ, ਆਪਣੇ ਪਰਿਵਾਰ 'ਚ ਤੁਸੀਂ ਬੈਠੇ ਹੋ, ਸੋ ਆਪਣੇ ਪਰਿਵਾਰ 'ਚ ਕਿਹੜੀ ਗੱਲ ਦਾ ਸ਼ਰਮਾਣਾ। ਮੇਰੀ ਤੇ ਮੇਰੀ ਟੀਮ ਦੀ ਹਮੇਸ਼ਾ ਤੋਂ ਇੱਕੋ ਕੋਸ਼ਿਸ਼ ਰਹੀ ਹੈ ਕਿ ਜਦੋਂ ਤੁਸੀਂ ਆਪਣੀ ਫੈਮਿਲੀ ਆਪਣੇ ਪਰਿਵਾਰ ਨਾਲ ਇੱਥੇ ਆਏ ਹੋ, ਯਾਦਗਾਰ ਪਲ ਬੜੀ ਮੈਮਰੀਜ਼ ਆਪਣੇ ਨਾਲ ਲੈ ਕੇ ਜਾਓ। ਸੋ ਤੁਸੀਂ ਵੀ ਥੋੜਾ ਜਿਹਾ ਕੋਪਰੇਟ ਕਰੋ, ਛੋਟਾ ਜਿਹਾ ਸਭ ਤੋਂ ਪਹਿਲਾਂ ਤੁਸੀਂ ਸਟੇਜ ਤੇ ਆਉਣ ਤੇ ਇੱਕ ਛੋਟੀ ਜੀ ਤੁਹਾਨੂੰ ਤਕਲੀਫ ਕਰਨੀ ਪੈਣੀ ਆ। ਬੜਾ ਵਧੀਆ ਇਹ ਮੂਮੈਂਟ ਹੋਣਗੀਆਂ, ਮੈਂ ਤੁਹਾਨੂੰ ਵਾਅਦਾ ਕਰਕੇ ਦੱਸ ਦੇਣਾ। ਸੋ ਪਲੀਜ਼ ਜੈ ਦੀ ਪਰਫਾਰਮੈਂਸ ਧੋਲ। Thank you.
ਥੋੜੀ ਨੱਚਦੀ ਉਹ ਕੁੜੀ ਕਿਸੇ ਵਿੱਚ ਰਾਵ ਥੋੜਾ ਪੱਟਦੀ ਸਾਫ਼ ਨਹੀਂ।